ਸ਼ਾਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਨਿਸ਼ਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦਰਸ਼ਕੋ ਇੱਕ ਵਾਰ ਫੇਰ ਹਾਜ਼ਰ ਆ ਤੁਹਾਡੇ ਲਈ ਇੱਕ ਵੱਡੀ ਖਬਰ ਲੈ ਕੇ। ਮੈਂ ਗੱਲ ਕਰਨ ਜਾ ਰਹੀ ਹਾਂ ਪੰਜਾਬੀ ਇੰਡਸਟਰੀ ਦੇ ਲੈਜੈਂਡ ਸਿੰਗਰ ਯਾਨੀ ਗੁਰਦਾਸ ਮਾਨ ਸਾਹਿਬ ਦੇ ਬਾਰੇ। ਗੁਰਦਾਸ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਕੁਝ ਟਾਈਮ ਪਹਿਲਾਂ ਗੁਰਦਾਸ ਮਾਨ ਸਾਹਿਬ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਘਿਰ ਰਹੇ ਆਪਣੀਆਂ ਕੁਝ ਗੱਲਾਂ ਨੂੰ ਲੈ ਕੇ। ਉਹਨਾਂ ਨੇ ਸਟੇਜ ਸ਼ੋਅ ਦੇ ਉੱਤੇ ਕਾਫੀ ਕੁਝ ਬੋਲਿਆ ਸੀ ਅਤੇ ਉਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਵੀ ਕੁਝ ਕਿਹਾ ਸੀ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਖੜੇ ਹੋ ਗਏ ਸੀ ਅਤੇ ਲੋਕ ਸੜਕਾਂ ਦੇ ਉੱਤਰ ਆਏ ਸੀ। ਅਤੇ ਸਿਰਫ ਇੰਨਾ ਹੀ ਨਹੀਂ, ਮੁੱਦਾ ਕਾਫੀ ਹੱਦ ਤੱਕ ਪੱਕ ਵੀ ਚੁੱਕਿਆ ਸੀ। ਪਰ ਹੁਣ ਦੀ ਗੱਲ ਕਰੀਏ ਤਾਂ ਹੁਣ ਇਹ ਮੁੱਦਾ ਕਿਤੇ ਨਾ ਕਿਤੇ ਸ਼ਾਂਤ ਹੋ ਚੁੱਕਿਆ। ਪਰ ਦੁਬਾਰਾ ਤੋਂ ਗੁਰਦਾਸ ਮਾਨ ਸਾਹਿਬ ਨੇ ਹੁਣ ਪੰਜਾਬੀ ਭਾਸ਼ਾ ਨੂੰ ਲੈ ਕੇ ਫਿਰ ਤੋਂ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਕੁਝ ਕਿਹਾ ਹੈ। ਆਓ ਤੁਹਾਨੂੰ ਦਿਖਾਣੇ ਕੀ ਕਿਹਾ ਗੁਰਦਾਸ ਮਾਨ ਸਾਹਿਬ ਨੇ। ਮੈਂ ਤਾਂ ਗੱਲ ਕਹਿਣਾ ਤੇ ਇੱਕ ਦੂਜੇ ਨੂੰ ਅਸੀਂ ਗੱਲ ਸਮਝਾ ਸਕੀਏ। ਕੱਲੀ ਪੰਜਾਬੀ ਨੂੰ ਲੈ ਕੇ ਬੈਠੇ ਰਹੇ ਤਾਂ ਇੱਥੇ ਹੀ ਬੈਠੇ ਰਹੋਗੇ, ਖੂਹ ਦੇ ਡੱਡੂ ਬਣੇ। ਦੁਨੀਆਂ 'ਚ ਘੁੰਮਣਾ ਤੇ ਅੰਗਰੇਜ਼ੀ ਵੀ ਸਿੱਖਣੀ ਪੈਣੀ ਹੈ। ਜੀ ਹਾਂ, ਗੁਰਦਾਸ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਗੁਰਦਾਸ ਮਾਨ ਸਾਹਿਬ ਸ਼ਾਇਦ ਆਪਣੇ ਵੱਲੋਂ ਸਹੀ ਗੱਲ ਕਹਿ ਰਹੇ ਨੇ, ਪਰ ਜੇਕਰ ਜਨਤਾ ਦੀ ਗੱਲ ਕਰੀਏ ਤਾਂ ਕਮੈਂਟ ਬਾਕਸ ਦੇ ਵਿੱਚ ਇਸ ਗੱਲ ਨੂੰ ਅੱਜ ਵੀ ਨਿੰਦਿਆ ਜਾ ਰਿਹਾ ਹੈ। ਤੁਸੀਂ ਗੁਰਦਾਸ ਮਾਨ ਸਾਹਿਬ ਦੇ ਸਪੋਰਟ ਦੇ ਵਿੱਚੋਂ ਜਾਂ ਫਿਰ ਤੁਸੀਂ ਸਪੋਰਟ ਦੇ ਵਿੱਚੋਂ ਉਹਨਾਂ ਲੋਕਾਂ ਦੇ ਜੋ ਇਸ ਗੱਲ ਨੂੰ ਸਹੀ ਨਹੀਂ ਸਮਝਦੇ? ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਅਤੇ ਹੁਣ ਮੈਂ ਚੱਲਦੀ ਹਾਂ, ਅਗਲੀ ਵਾਰ ਆਵਾਂਗੀ ਇੱਕ ਨਵੀਂ ਖਬਰ ਦੇ ਨਾਲ। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਬਾਲੀਵੁੱਡ ਅਤੇ ਪਾਲੀਵੁੱਡ ਦੇ ਡੇਲੀ ਦੇ ਅਪਡੇਟਸ ਜਾਣਨਾ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਪ੍ਰੈਸ ਕਰ ਲਓ ਬੈਲ ਆਈਕਨ ਨੂੰ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ। ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।